ਭਾਈ ਦਾ ਸ਼ੂਟ ਹੋਣ ਡਿਆ ਪਛਾਣ ਲਓ ਤਾਂ ਐਵਰੀਵਨ ਦੀ ਸ਼ੀਸ਼ਾਨ ਨਵਰੂਪ ਸਵੇਰ ਦੇ ਵਜੇ ਆ 9 ਤੇ ਅੱਜ ਆਪਾਂ ਚੱਲੇ ਹਾਂ ਟਾਲਾ ਸਾਹਿਬ ਬਾਬਾ ਜੀ ਦਾ ਜਨਮ ਦਿਵਸ ਆ ਅਤੇ ਨਾਲ ਮੇਰੇ ਜਾਣਾ ਰੋਬਿਨ ਨੇ ਅਤੇ ਜਾਂਦੇ ਹੁਣ ਪਹਿਲਾਂ ਰੋਬਿਨ ਨੂੰ ਲੈਂਦੇ ਹਾਂ ਫਿਰ ਜਾਂਦੇ ਹਾਂ ਟਾਲਾ ਸਾਹਿਬ ਰੋਬਿਨ ਨੂੰ ਵੀ ਫੋਨ ਲਾਤਾ ਵਾ ਬਸ ਉਹ ਤਿਆਰ ਹੋਣ ਡਿਆ ਅਤੇ ਮੈਂ ਪੂਰਾ ਰੈਡੀ ਹਾਂ ਹੁਣ ਬਸ ਮੈਂ ਬੈਠਾ ਹੀਟਰ ਸਾਹਮਣੇ ਜਦੋਂ ਉਹਦਾ ਫੋਨ ਆਇਆ ਫਿਰ ਜਾਂਦੇ ਹਾਂ ਅਤੇ ਨਹੀਂ ਤਾਂ ਫਿਰ ਅਜੇ ਇੱਥੇ ਹੀ ਉਨਾ ਚਿਰ ਬੈਠੇ ਹਾਂ ਫੋਨ ਉਹਦਾ ਆਉਣ ਹੀ ਵਾਲਾ ਬਸ ਉਹਨੂੰ ਮੈਂ ਲਾਇਆ ਜਾਂਦਾ ਬਸ ਹੋਰ ਚੱਲਿਆ ਤਿਆਰ ਜਦੋਂ ਫੋਨ ਲਾਓ ਫਿਰ ਹੀ ਤੁਰਦੇ ਹਾਂ ਜੀ ਹੁਣ ਆਪਾਂ ਰੋਬਿਨ ਤੋਂ ਜਾਣ ਡੇ ਹਾਂ ਤੁਰ ਪਏ ਪਿੰਡੋਂ ਰੋਬਿਨ ਨੂੰ ਲੈਂਦੇ ਹਾਂ ਫਿਰ ਜਾਂਦੇ ਹਾਂ ਟਾਲਾ ਸਾਹਿਬ ਚਲੋ ਜੀ ਅੱਜ ਤਾਂ ਧੁੰਦ ਲੱਥੀ ਨਹੀਂ ਆ ਸਵੇਰ ਦੀ ਧੁੰਦ ਵੀ ਬਹੁਤ ਜ਼ਿਆਦਾ ਅੱਜ ਸਵੇਰ ਦੀ ਆ ਵੇਖ ਲਓ ਇੰਨੀ ਠੰਡ ਜਿਹੀ ਡੇ ਹਾਂਜੀ ਵੇਖ ਲਓ ਧੁੰਦ ਵੀ ਬਹੁਤ ਜ਼ਿਆਦਾ ਵਾ ਅੱਜ ਤੁਹਾਨੂੰ ਥੋੜ੍ਹੀ ਹੈ ਤਾਂ ਉੱਦਾਂ ਦੂਰ ਦੂਰ ਹੀ ਆ ਪਰ ਲੱਥਾਂ ਦਾ ਨਾਮ ਨਹੀਂ ਲੈਣ ਡੀ ਪਤਾ ਨਹੀਂ ਹੁਣ ਲੱਥੇ ਜਾਂ ਨਾ ਲੱਥੇ ਮੇਰਾ ਫੋਨ ਵੀ ਹਿੱਲੀ ਜਾਂਦਾ ਮੇਰੇ ਤੋਂ ਸਪੀਡ 'ਚ ਬਹੁਤ ਜਾਣ ਭੀੜ ਤਾਂ ਥੋੜ੍ਹੀ ਅੱਜ ਓਏ ਕੱਲ੍ਹ ਹੀ ਯਾਰ ਇੱਦਾਂ ਨਹੀਂ ਚਾਹੀਦਾ ਹਾਂਜੀ ਦਮਾਲਾ ਆਪਾਂ ਬੰਨ ਲਿਆ ਭਰਾ ਨੇ ਬੰਨਤਾ ਵਾ ਸੋਹਣਾ ਰੋਬਣ ਹੁਣ ਦਮਾਲੇ 'ਚ ਰਹਿਣਾ ਅੱਜ ਤੁਸੀਂ ਹੱਸਦੇ ਮੇਰੇ 'ਤੇ ਬੜਾ ਜਿਹੜਾ ਟੋਪੀ ਪਾ ਛੱਡਦਾ ਹੁਣ ਦਮਾਲੇ ਬੰਨਣੇ ਆ ਹਾਂਜੀ ਦਮਾਲਾ ਭਰਾ ਨੇ ਬੰਨਤਾ ਵਾ ਆਹ ਵੀਰ ਆਪਣਾ ਹੁਣ ਬੰਨਤਾ ਹੁਣ ਜਾਂਦੇ ਅੰਦਰ ਜਾਂਦੇ ਹਾਂ ਰੋਬਣ ਨੇ ਅੱਜ ਰੁਮਾਲ ਬੰਨਿਆ ਵਾ ਮੈਂ ਦਮਾਲਾ ਹੁਣ ਦੱਸਿਓ ਫਿਰ ਨਾ ਡੰਡ ਲਾ ਦਿਓ ਵੀ ਥੱਲੇ ਦਾੜੀ ਏਦਾਂ ਵਾ ਥੱਲੇ ਐ ਵਾ ਤੇ ਉੱਤੇ ਤੂੰ ਦਮਾਲਾ ਬੰਨਿਆ ਐ ਮੋਨਾ ਹੀ ਆ ਮੈਂ ਦਮਾਲਾ ਆਪਣੇ ਚਾਹ ਨਾਲ ਬੰਨਿਆ ਬਾਬੇ ਦੀ ਕਿਰਪਾ ਆ ਗਈ ਆਪੇ ਕੇਸ ਕੂਸ ਰੱਖੇ ਜਾਣੇ ਆ ਉਹ ਆਪਣੀ ਬਸ ਦਮਾਲੇ ਵੱਲ ਧਿਆਨ ਦਿਓ ਦਾੜੀ ਵੱਲ ਨਾ ਦਿਓ ਹੁਣ ਆਹੋ ਭਰਾਵਾ ਫਿਰ ਨਾ ਬੇਇੱਜ਼ਤੀ ਹੋ ਜੇ ਚਲੋ ਜੀ ਹੁਣ ਜਾਂਦੇ ਅੰਦਰ ਪੂਰਾ ਮੇਲਾ ਚੱਲਣ ਡਿਆ ਵਾ ਅੱਜ ਯਾਰ ਭੀੜ ਨਹੀਂ ਹੈ ਨਾ ਇੰਨੀ ਓਦਾਂ ਭੀੜ ਹੁੰਦੀ ਆ ਪਰ ਆਉਂਦੇ ਸ਼ਾਮ ਥੋੜ੍ਹੀ ਲੇਟ ਹੋਊਗਾ ਨੀ ਥੋੜ੍ਹਾ ਪਹਿਲਾਂ ਆਏ ਅਸੀਂ ਅੱਜ ਤਾਂ ਨਹੀਂ ਹੁਣ ਤਾਂ ਨਹੀਂ ਇੰਨੀ ਬਹੁਤ ਸੋਹਣਾ ਸਜਾਇਆ ਨਾਲੇ ਆ ਵੇਖ ਲਓ ਬਹੁਤ ਸੋਹਣਾ ਸਜਾਇਆ ਵਾ ਆ ਰਾਤੀ ਲਾਏ ਹੂ ਫਲਾਵਰ ਚ ਤੂੰ ਵੀ ਲੈਣਾ ਮੈਂ ਚੱਪਲਾਂ ਨਾਲ ਲੈ ਆਇਆ ਵਾ ਰੋਬਰ ਨੇ ਲਾਤੀਆਂ ਹੁਣ ਵਾਪਸ ਜਾਣਦੇ ਆ ਫਿਰ ਚੱਪਲਾਂ ਛੱਡਣ ਆ ਵੇਖ ਲਓ ਨਾਲ ਹੀ ਲੈ ਆਇਆ ਨਾਲ ਨਹੀਂ ਲਿਆਉਣੀਆਂ ਯਾਰ ਹਲੇ ਤੇ ਚਾਹ ਵੀ ਨਹੀਂ ਲੱਥਾ ਹੁਣ ਜੀ ਚੱਪਲਾਂ ਲਾ ਆਏ ਹੁਣ ਦੁਬਾਰਾ ਤਾਂ ਫਿਰ ਚੱਲੇ ਉੱਧਰ ਆ ਪੂਰਾ ਨਾਲ ਮਚੰਡਿਆ ਭੀੜ ਹੌਲੀ ਹੌਲੀ ਹੋਣ ਡੀ ਸਾਰੀ ਆ ਵੇਖ ਲਓ ਭੀੜ ਬਹੁਤ ਜ਼ਿਆਦਾ ਹੋਣ ਡੀ ਹੌਲੀ ਹਾਂਜੀ ਹੁਣ ਹੱਥ ਹੁੱਥ ਧੋਈਏ ਫਿਰ ਹੁਣ ਇੰਨਾ ਆਖ ਦਿਓ ਵੀ ਬਾਬੇ ਦੇ ਵੀਡੀਓ ਬਣਾਈ ਜਾਂਦਾ ਜਦੋਂ ਵਧੀਆ ਚੀਜ਼ ਲਿਆਈ ਦੀ ਉਹ ਵੀ ਨਹੀਂ ਤੁਹਾਨੂੰ ਵਾਹਿਗੁਰੂ ਬਹੁਤ ਸੋਹਣਾ ਸਜਾਇਆ ਆਪਾਂ ਪ੍ਰਸ਼ਾਦ ਲੈ ਆਈਏ ਹੁਣ ਲੈਣ ਚਾਹੀ ਜੀ ਹਾਂਜੀ ਪ੍ਰਸ਼ਾਦ ਲੈ ਲਿਆ ਆਪਾਂ ਆਹ ਰੋਬਣ ਵੀਡੀਓ ਸਨੈਪਚੈਟ ਬਣਾਉਣ ਡਿਆ ਬਸ ਹੁਣ ਜਾਂਦੇ ਅੰਦਰ ਬਹੁਤ ਸੋਹਣਾ ਸਜਾਇਆ ਨਾ ਹਾਂਜੀ ਹੁਣ ਦੂਜੀ ਸਾਈਡ ਚੱਲੇ ਹਾਂ
ਸਵਾਦ ਹੁੰਦੇ ਆ, ਸਵਾਦ ਆ ਨਾ, ਬਹੁਤ ਜ਼ਿਆਦਾ ਸਵਾਦ ਆ, ਤਾਲੇ ਤਾਲੇ ਬਣਨ ਡੇ ਆ। ਬਾਬਾ ਜੀ ਤੇ ਬਾਹਰ ਹੀ ਆ। ਹਾਂਜੀ, ਟਾਲੇ ਸਾਹਿਬ ਤੋਂ ਆਏ ਆ, ਹੁਣ ਆਪਾਂ ਚੱਲੇ ਦਰਬਾਰ ਸਾਹਿਬ ਤੇ ਚਾਹ ਪੀਣੀ ਉੱਥੋਂ ਨਾ। ਹਾਂਜੀ, ਆ ਰੋਗਨ ਆਨੰਦਪੁਰ ਦਾ ਮੈਨੂੰ ਦੱਸਣ ਡਿਆ ਆਪਣੀ ਸਾਰੀ ਜੋ ਇੰਨਾ ਬੀਤੀ ਆ ਮੀਂਹ ਦਾ। ਹਾਂ ਰੋਗਨ, ਮੀਂਹ ਵਧੀਆ ਨਜ਼ਾਰਾ ਉੱਥੇ ਤੰਬੂ 'ਚ ਰਹੀਦਾ ਮੇਲੇ 'ਚ, ਤੇ ਮੀਂਹ ਜਿਹੜਾ ਪਿਆ ਪਿਛਲੀ ਵਾਰ ਮੀਂਹ ਵੱਟਾਂ ਬੰਨੀ ਨਹੀਂ ਆ ਜਦੋਂ ਤੰਬੂ 'ਚ, ਅਤੇ ਬਾਅਦ 'ਚੋਂ ਨਹੀਂ ਰਾਤ ਰੂਤ ਦਾ, ਰਾਤ ਰੂਤ ਫਿਰ ਰਾਤ ਤੰਬੂ 'ਚ ਰਹੀਦਾ, ਤਰਪਾਲ ਸੁੱਟ ਲਈਦੀ ਉੱਤੇ, ਅਤੇ ਚੌਂਦਾ ਚੌਂਦਾ ਨਹੀਂ ਹੁੰਦਾ, ਨਹੀਂ ਤਰਪਾਲ ਪਾ ਲਈਦੀ ਫਿਰ ਉਹਦੇ ਕਰਕੇ ਵਧੀਆ ਹੋ ਜਾਂਦਾ। ਮੈਂ ਆਨੰਦਪੁਰ ਦਾ ਇਹ ਹਰ ਵਾਰੀ ਜਾਂਦਾ ਵਾ, ਹੁਣ ਵੀ ਜਾਣਾ ਆਪਾਂ ਹੁਣ ਨਾ, ਹਰ ਮੇਲੇ 'ਤੇ ਜਾਂਦਾ ਆਨੰਦਪੁਰ ਰੋਗਨ। ਮੈਂ ਹਾਲੇ ਚਲੋ ਵਿੱਚ ਵਾਰ ਨਹੀਂ ਰਹਿ ਵੀ ਜਾਈਦਾ, ਪਰ ਹੁਣ ਆਹ ਮੇਲੇ 'ਤੇ ਪੂਰਾ ਮਨ ਆ ਵੀ ਜਾਣਾ। ਧੁੱਪ ਬਹੁਤ ਸੋਹਣੀ ਚੜ੍ਹੀ ਆ ਨਾ ਅੱਜ, ਇੱਦਾਂ ਹੀ ਹੁਣ ਤਾਂ ਇੱਦਾਂ ਰਹੂ ਜਾਪਦਾ, ਅਤੇ ਵਧੀਆ ਵੀ ਆ ਧੁੱਪ ਚਾਹੀਦੀ। ਹੁਣ ਬਹੁਤ ਧੁੰਦ ਪਈ ਸੀ, ਪਈ ਰਹੀ ਆ 10-15 ਦਿਨ, ਤਾਂ ਬੁਰਾ ਹਾਲ ਰਿਹਾ ਵਾ। ਜ਼ੋਰ ਹੀ ਨਹੀਂ ਚੱਲਣ ਦਿੱਤਾ, ਸੂਰਜ ਦਾ ਆਉਂਦਾ ਮਹੀਨਾ, ਸੂਰਜ ਆਇਆ ਹੀ ਨਹੀਂ, 15-20 ਦਿਨ ਹੋ ਚੱਲੇ ਆ, ਆਹ ਬੜੇ ਦਿਨਾਂ ਬਾਅਦ ਅੱਜ ਦਿਸਿਆ ਸੂਰਜ, ਉਹ ਵੀ ਪਤਾ ਨਹੀਂ ਹੋਣੇ ਫਿਰ ਨਾ ਧੁੰਦ ਪੈ ਜਾਏ ਜਿਹੜੀ ਆ। ਨਹੀਂ ਆਪਣੇ ਜ਼ਿਆਦਾਤਰ ਵੈਸੇ ਆਪਾਂ ਤਾਂ ਪਿੰਡ ਦੀ ਵਰਤਦੇ ਹਾਂ, ਥੋੜ੍ਹਾ ਬਹੁਤ ਹੀ ਵਿੱਚ ਵਾਰ ਲਿਆਉਂਦੇ, ਉੱਦਾਂ ਸਬਜ਼ੀ ਪਿੰਡ ਦੀ ਹੁੰਦੀ ਸਾਡੀ, ਜਿਹੜੀ ਮਰਜ਼ੀ ਹੋਵੇ ਆਪਣੀ ਹੁੰਦੀ ਆ, ਪਰ ਹੁਣ ਥੋੜ੍ਹਾ ਬਹੁਤ ਮੌਸਮ ਵੈਦਰ ਦੀ ਵਜ੍ਹਾ ਨਾਲ ਬਾਹਰੋਂ ਬੂਹਰੋਂ ਵੀ ਲਿਆਉਣੀ ਪੈਂਦੀ ਆ, ਚਾਹੀਦਾ ਵੀ ਆ ਯਾਰ ਆਪੋ ਆਪ ਬਾਹਰੋਂ ਜ਼ਰੂਰ, ਫਿਰ ਦਵਾਈਆਂ ਵਾਲੀ ਲੈਣੀ ਆ, ਜੋ ਚੀਜ਼ ਪਤਾ ਵਾ ਅਸੀਂ ਉਹੀ ਦੱਸਣੀ ਆ, ਜਿਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੇ ਅੰਦਰ ਪਏ ਨਾ ਆਪਣੀ ਫੋਟੋ ਲਾਉਣੀ ਆ, ਤੇ ਤੂੰ ਐ ਤੇਰੀ ਬੋਲੀ ਨਹੀਂ ਸਹੀ, ਤੂੰ ਬੋਲਣਾ ਨਹੀਂ ਆਉਂਦਾ, ਤੁਹਾਡਾ ਵੀ ਸਰਿਆ ਹੀ ਆ ਫਿਰ। ਨਹੀਂ ਵਧੀਆ ਤੇ ਬਹੁਤ ਜ਼ਿਆਦਾ ਆ, ਮਾੜੇ ਤੇ ਉਹੀ ਆ ਜਿਨ੍ਹਾਂ ਨੂੰ ਜਿਹਨਾਂ ਦੀ ਆਪ ਦੀ ਬੇਇੱਜ਼ਤੀ ਹੁੰਦੀ ਆ। ਆਹੋ, ਆ ਵੀਰ ਭਾਅ ਥੱਲੇ ਆਪੇ ਸਾਥ ਦੇ ਦਿੰਦੇ ਜਿਹੜੇ ਹੁੰਦੇ ਆ, ਉਹਨਾਂ ਦੀਆਂ ਚੰਗੀਆਂ ਦੀਆਂ ਸਪੋਰਟਾਂ ਦੇ ਕੰਮ ਚੜਨਾ। ਜਿਹੜੇ ਆ ਥੱਲੇ ਬੋਲਦੇ ਆ ਉਸ ਮਾੜੀਆਂ ਜਿਹਾ ਆਪਣੀਆਂ ਮੈਨੂੰ ਵੀਡੀਓ ਭੇਜਿਓ ਬਣਾ ਬਣਾ, ਮੈਂ ਵੀ ਵੇਖਦਾ ਵਾ ਤੁਹਾਡੇ ਨੂੰ ਬੋਲਿਆ ਜਾਂਦਾ ਜਾਂ ਨਹੀਂ। ਹਾਂਜੀ ਪਹੁੰਚ ਗਿਆ ਜੀ, ਤਰਨ ਤਾਰਨ ਸਾਹਿਬ ਪਹੁੰਚ ਗਏ ਹੁਣ, ਤੇ ਮੱਥਾ ਟੇਕਣ ਲੱਗੇ ਆ। ਕਈ ਵੀਰ ਪੁੱਛਦੇ ਨੇ ਥੱਲੇ ਵੀ ਵੀਰ ਕਿੱਥੋਂ ਆਪਾਂ, ਵੀਰ ਜੀ ਇੱਥੋਂ ਤਰਨ ਤਾਰਨ ਦੀਆਂ ਲੋਕਲ ਆ, ਦਰਬਾਰ ਸਾਹਿਬ ਜਾਣ ਡੇ ਅੰਦਰ ਸਾਰੇ ਨਾਲ, ਇਹ ਵੀ ਆਂਦੇ ਤੂੰ ਫੋਨ ਚ ਨੀ ਵੇਖਣਾ ਤੇਰਾ ਮੂੰਹ ਐ ਹੁੰਦਾ ਸਾਈਡ ਤੇ, ਉਹ ਹਲੇ ਮੇਰੇ ਤੋਂ ਦੂਜਾ ਹੈ ਨੀ ਆਣਾ, ਹਲੇ ਫੋਨ ਮੇਰਾ ਹੱਥ 'ਚ ਹੀ ਹੁੰਦਾ ਤਾਂ ਥੋੜ੍ਹਾ ਸਿੱਧਾ ਨਹੀਂ ਇੱਦਾਂ ਚੌੜਾ ਜਿਹਾ ਆਉਂਦਾ ਮੂੰਹ, ਪਰ ਅੱਜ ਇੱਦਾਂ ਹੀ ਬਣਾਉਣ ਡਿਆ, ਜ਼ਿਆਦਾਤਰ ਮੈਂ ਪੂਰਾ ਜ਼ੋਰ ਲਾਉਣ ਡਿਆ ਵੀ ਸਾਹਮਣੇ ਮੂੰਹ ਹੋਵੇ। ਬਾਹਰ ਵਾਲਿਆਂ ਸਿਰ ਤੇ ਹੀ ਆ ਬਸ, ਇੱਥੇ ਮਹਿੰਗਾ ਬੜਾ ਕਰਨਾ ਕੀ ਲਿਆ ਹੀ ਨਹੀਂ ਜਾਂਦਾ ਜੀ। ਆ ਬਹੁਤ ਸੋਹਣੀਆਂ ਸੋਹਣੀਆਂ ਸ਼ੋਪਾਂ ਵਾ ਇੱਥੇ, ਰੁਮਾਲ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਲਈ, ਜੇ ਬੰਦੇ ਨੇ ਤਿਆਰ ਹੋਣਾ ਹੋਵੇ ਇੱਥੋਂ ਹੋ ਜੂ 700-800 ਜਾਣਾ ਜੀ। ਪ੍ਰਸ਼ਾਦਾ ਚੱਲਣ ਡਿਆ ਫੁੱਲ, ਬ੍ਰੈਡ ਤੇ ਨਿਊਟਰੀ, ਬ੍ਰੈਡ ਨਿਊਟਰੀ। ਆ ਬਾਬਾ ਜੀ ਵੇਖ ਲਓ, ਬਹੁਤ ਮਿਹਨਤ ਵਾਲੀ ਚੀਜ਼ ਆ, ਨਾਲੇ ਆਪਣੀ ਸ਼ਰਧਾ ਵਾ ਇਹ, ਵੇਖ ਲਓ ਜੀ ਤੁਹਾਡੇ ਸਾਹਮਣੇ ਆ। ਬਾਬਾ ਜੀ ਨੂੰ ਮਿਲੇ ਆ, ਬਹੁਤ ਵਧੀਆ ਮਹਿਸੂਸ ਹੋਇਆ ਮਨ ਨੂੰ ਨਾ, ਬੰਨਿਆ ਬਾਬਾ ਜੀ ਸ਼ਰਧਾ ਇੰਨੀ ਜ਼ਿਆਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਬਸ ਜੀ ਚੱਲੇ। ਹਾਂਜੀ ਹਾਂਜੀ ਦਰਬਾਰ ਸਾਹਿਬ ਤੋਂ ਹੁਣ ਆਏ ਹਾਂ, ਹੁਣ ਜਾਂਦੇ ਪਿੰਡ ਜਾਂ ਫਿਰ ਬਰਿਸ਼ਤਾ ਜਾਂਦੇ ਹਾਂ ਵਿਹਨੇ। ਹੁਣ ਬਰਿਸ਼ਤਾ ਜਾਣਾ ਰੋਬਣ ਵੇਖ ਲੈਂਦੇ ਹਾਂ, ਰਾਹ 'ਚ ਆਊਗਾ ਫਿਰ ਰਾਹ ਰਾਸਤੇ 'ਚ ਦਿਲਾਉਣੇ ਹੀ ਆ, ਤਾਂ ਧਿਆਨ ਤੈਨੂੰ ਬਰਿਸ਼ਤਾ ਜਾਂਦੇ ਹੁਣ ਉੱਥੋਂ ਤਾਂ ਨਹੀਂ ਭਰ ਵੀਡੀਓ ਪਾਉਣੀ, ਜੇ ਪਾਈ ਤਾਂ ਥੋੜ੍ਹੀ ਜਿਹੀ ਪਾਉਣੀ, ਨਹੀਂ ਤਾਂ ਤੁਸੀਂ ਲਾਹਨ ਧੋਣੀਆਂ ਪਾਉਂਦੇ ਜੀ ਨਾ ਭਰਾਵਾ, ਲਾਹਨ ਤਾਂ ਫਿਰ ਪੈਣੀ ਆ, ਥੋੜ੍ਹੀ ਜਿਹੀ ਲਿਆਉਣੀ ਜੇ ਲਿਆਂਦੀ ਤਾਂ ਮਾੜੀ ਜੀ, ਬਸ ਆਰਡਰ ਉਡਰ ਲੈਂਦੇ ਆ ਤੇ ਜ਼ਿਆਦਾ ਨਹੀਂ ਨਾ, ਮੈਂ ਬੋਲਣਾ ਹੀ ਆ ਬਾਰ ਬਾਰ ਬਰਿਸ਼ਤਾ ਬਰਿਸ਼ਤਾ ਜੀ ਬਰਿਸ਼ਤਾ ਬੈਠੇ ਹੁਣ ਬਸ ਆਰਡਰ ਦਿੱਤਾ ਅਤੇ ਆ ਰਿਹਾ ਵਾ, ਭਾਈ ਦਾ ਸ਼ੂਟ ਹੋਣ ਡਿਆ, ਪਛਾਣ ਲਓ ਤੁਸੀਂ ਪਰਨੇ ਤੇ ਪਛਾਣ ਲਓ ਆਪਣਾ ਰੈਡੀ ਆ, ਲੈ ਲਿਆ ਫੜਦਾ ਰੋਬਣ ਤੁਸੀਂ, ਵੇਖ ਲਓ ਬੰਦਾ ਪਛਾਣ ਲਓ ਹੁਣ ਜਾਂਦੇ ਬਾਹਰ ਨੂੰ ਪਿੰਡ ਹੀ ਚੱਲੀਏ, ਪਿੰਡ ਜਾਂਦੇ ਹੁਣ। ਹਾਂਜੀ ਰੋਬਨ ਨੂੰ ਉਤਾਰਤਾ ਬਸ ਚੱਲੀ ਹੁਣ ਭੋਲੂ ਨੂੰ ਮਿਲਣਾ ਵਾ, ਚੱਲ ਆ ਗਿਆ ਭੋਲ, ਇਹਦੇ ਭੋਲੂ ਨੂੰ ਮਿਲੀਏ ਅਤੇ ਬਾਅਦ ਚੱਲੀਏ ਪਿੰਡ, ਆਏ ਪਹੁੰਚੇ ਹੁਣੇ ਹੁਣ ਮਾਮੇ ਪਿੰਡ ਆ, ਹਾਂ ਮੇਰਾ ਮਾਮਿਆਂ ਦਾ ਜੇ ਪਿੰਡ, ਹਾਂ ਵੇਖ ਲਓ ਵਾਹ ਸਾਡਾ ਭੋਲੂ ਰੂਪਨ ਦਾ ਭੋਲੂ, ਭੋਲੂ ਤੇ ਦਰਸ਼ਨ ਹੋਏ ਹੈ ਓਏ, ਇਹ ਬੜਾ ਪੈਂਦਾ ਹੈ ਮੈਨੂੰ, ਆ ਜਾ ਬਾਹਰ ਲੈ ਰੋਬੀ ਨੂੰ ਉਤਾਰਤਾ ਵਾ, ਹੁਣ ਮੈਂ ਵੀ ਜਾ ਰਿਹਾ ਪਿੰਡ, ਪਿੰਡ ਜਾਂਦੇ ਹੁਣ ਅਤੇ ਅੱਜ ਦੇ ਲਈ ਇੰਨਾ ਹੀ ਆ ਉੱਦਾਂ ਵੈਸੇ, ਅਤੇ ਮਿਲਦੇ ਤੁਹਾਨੂੰ ਜਲਦੀ ਨਵੇਂ ਵੀਡੀਓ 'ਚ, ਬਾਏ ਬਾਏ।